ਅੱਜ ਇੱਕ ਸਾਲ ਪੂਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨੂੰ ਪੂਰਾ ਇੱਕ ਸਾਲ ਹੋ ਚੁੱਕਿਆ। ਅੱਜ ਤੋਂ ਇੱਕ ਸਾਲ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣਾ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀਗਾ, ਪਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਭਾਰੀ ਬਹੁਮਤ, ਲਗਭਗ 30 ਸਾਲ ਦੇ ਲੰਬੇ ਵਕਫੇ ਤੋਂ ਬਾਅਦ 117 ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਜਿਤਾ ਕੇ ਇੱਕ ਭਾਰੀ ਅਤੇ ਪ੍ਰਚੰਡ ਬਹੁਮਤ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਪਾਇਆ ਸੀ, ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸੀ। ਮੁੱਖ ਮੰਤਰੀ ਬਣਨ ਤੋਂ ਬਾਅਦ, ਸਰਕਾਰ ਬਣਨ ਤੋਂ ਬਾਅਦ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਜਿਹੜੀ ਆ ਪਹਿਲੇ ਦਿਨ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ, ਪੰਜਾਬੀਆਂ ਦੇ ਹੱਕ ਦੇ ਵਿੱਚ, ਜਿਹੜਾ ਹਰਾ ਪੈਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦੇ ਲੋਕਾਂ ਨੂੰ ਸੌਂਪਿਆ ਸੀ, ਜੋ ਕੁਰਸੀ ਜੋ ਉਹਨਾਂ ਨੂੰ ਅਹੁਦਾ ਦਿੱਤਾ ਸੀਗਾ, ਉਹ 'ਤੇ ਕੰਮ ਕਰਦੇ ਹੋਏ ਲਗਾਤਾਰ ਪੰਜਾਬੀਆਂ ਦੇ ਹੱਕ ਦੇ ਅੰਦਰ ਵੱਡੇ ਵੱਡੇ ਮਹੱਤਵਪੂਰਨ ਫੈਸਲੇ ਲਏ, ਜਿਸ ਬਦਲਾਅ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਸਿਸਟਮ ਬਦਲਿਆ ਸੀਗਾ। ਜਿਹੜੀਆਂ ਰਵਾਇਤੀ ਪਾਰਟੀਆਂ ਉੱਤਰ ਕਾਟੋ ਮੈਂ ਚੜ੍ਹਾਂ, ਉੱਤਰ ਕਾਟੋ ਮੈਂ ਚੜ੍ਹਾਂ ਦੀ ਕਹਾਵਤ ਦੇ ਉੱਤੇ 5 ਸਾਲ ਤੇਰੇ 5 ਸਾਲ ਮੇਰੇ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਗੱਠਜੋੜ, 5 ਸਾਲ 5 ਸਾਲ ਫਿਰ ਕਾਂਗਰਸ ਪਾਰਟੀ, ਸਿਸਟਮ ਜਿਹੜਾ ਲਗਭਗ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਅੰਦਰ ਚੱਲੇ ਆ ਰਿਹਾ ਸੀ, ਔਰ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਉੱਤੇ ਵਿਸ਼ਵਾਸ ਕੀਤਾ, ਅਰਵਿੰਦ ਕੇਜਰੀਵਾਲ ਜੀ ਦੇ ਗੁੱਡ ਗਵਰਨੈਂਸ 'ਤੇ ਵਿਸ਼ਵਾਸ ਕੀਤਾ, ਆਮ ਆਦਮੀ ਪਾਰਟੀ ਦੀਆਂ ਨੀਤੀਆਂ 'ਤੇ ਵਿਸ਼ਵਾਸ ਕੀਤਾ, ਔਰ ਭਾਰੀ ਪ੍ਰਚੰਡ ਬਹੁਮਤ ਦੇ ਕੇ ਸਰਕਾਰ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਬਣਾਈ। ਸਰਕਾਰ ਬਣਨ ਦੇ ਤੁਰੰਤ ਬਾਅਦ, ਇਤਿਹਾਸਿਕ ਫੈਸਲੇ ਜਿਹੜੇ ਮੈਂ ਦੇਖਿਆ, ਜੇ ਪੁਰਾਣੀ ਗੱਲ ਕਰੀਏ, ਹਮੇਸ਼ਾ 4 ਸਾਲਾਂ ਬਾਅਦ ਜਾਂ 4.5 ਸਾਲਾਂ ਬਾਅਦ ਸਰਕਾਰਾਂ ਜਿਹੜੀਆਂ ਨੇ ਉਹ ਹੋਸ਼ ਵਿੱਚ ਆਉਂਦੀਆਂ ਸੀ, 4 ਸਾਲਾਂ ਬਾਅਦ ਆਪਣੇ ਆਪ ਨੂੰ ਕੰਮ ਕਰਨਾ ਸ਼ੁਰੂ ਕਰਦੀਆਂ ਸੀ, ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਹੇਠ, ਉਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਹੈਗਾ ਪਹਿਲੇ ਦਿਨ ਹੀ ਕੰਮ ਕਰਨਾ ਸਟਾਰਟ ਕੀਤਾ। ਪਹਿਲੀ ਮੇਰੇ ਯਾਦ ਆ, ਪਹਿਲੀ ਕੈਬਨਿਟ ਦੇ ਅੰਦਰ 26,000 ਲਗਭਗ 26,000 ਨੌਕਰੀਆਂ ਦਾ ਜਿਹੜੀ ਹੈਗੀ ਆ ਪ੍ਰਵਾਨਗੀ ਦਿੱਤੀ ਗਈ, ਤਾਂ ਕਿ ਪੰਜਾਬ ਦਾ ਨੌਜਵਾਨ ਜਿਹੜਾ ਮੈਂ ਸਮਝਦਾ ਕਿਤੇ ਨਾ ਕਿਸੇ ਪੰਜਾਬ ਦੇ ਅੰਦਰ ਵਿਸ਼ਵਾਸ ਖੋ ਬੈਠਿਆ ਸੀਗਾ, ਜਿਹੜਾ ਬਾਹਰ ਜਾਣ ਨੂੰ ਤਰਜੀਹ ਦਿੰਦਾ ਸੀ, ਉਹਦੇ ਲਈ ਇੱਕ ਢੁਕਵਾਂ ਵਾਤਾਵਰਨ ਪੰਜਾਬ ਦੇ ਅੰਦਰ ਬਹਾਲ ਕਰਾਉਣ ਦੇ ਲਈ 26,000 ਨੌਕਰੀਆਂ ਦੀ ਐਡਵਰਟਾਈਜ਼ਮੈਂਟ ਪਹਿਲੀਆਂ ਅਸੀਂ ਮੀਟਿੰਗਾਂ ਦੇ ਦੌਰਾਨ ਕੀਤੀ। ਇਸੇ ਤਰ੍ਹਾਂ ਜਦੋਂ ਅਸੀਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਇਲੈਕਸ਼ਨ ਪ੍ਰਚਾਰ ਕਰ ਰਹੀ ਸੀ, ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋੜੀ ਜਿਹੜੀ ਆ ਜਦੋਂ ਲੋਕਾਂ ਜਾਂਦੀ ਸੀਗੀ, ਔਰ ਜਾ ਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਵਾਅਦਾ ਕੀਤਾ ਸੀਗਾ, ਉਹ ਬਹੁਤ ਵੱਡਾ ਵਾਅਦਾ ਮੇਰੇ ਹਿਸਾਬ ਦੇ ਨਾਲ ਕਿ 300 ਯੂਨਿਟ ਫ੍ਰੀ ਆਫ ਕਾਸਟ ਜਿਹੜੀ ਆ ਉਹ ਇਲੈਕਟ੍ਰਿਸਿਟੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਮੁਫਤ ਬਿਜਲੀ ਹੈ 300 ਹਰੇਕ ਘਰ ਦੇ ਘਰੇਲੂ ਮੀਟਰ ਦੇ ਉੱਤੇ ਫ੍ਰੀ ਦਿੱਤੀ ਜਾਊਗੀ। ਉਹ ਜਿਹੜਾ ਫੈਸਲਾ ਸੀਗਾ ਉਹ ਵੀ ਪਹਿਲੇ 3 ਮਹੀਨਿਆਂ ਦੌਰਾਨ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਗੂ ਕੀਤਾ, ਨਹੀਂ ਤਾਂ ਕੋਈ ਨਾ ਕੋਈ ਬਹਾਨਾ ਕੋਈ ਨਾ ਕੋਈ ਬਹਾਨੇਬਾਜ਼ੀ ਚੱਲਦੀ ਰਹਿੰਦੀ ਹੈ, ਪਰ ਲੇਕਿਨ 300 ਯੂਨਿਟ ਦੇਣ ਮੁਫਤ ਦੇਣ ਦਾ ਫੈਸਲਾ ਸੀਗਾ, ਉਹ ਵੀ ਅਸੀਂ ਵਿਦ ਇਨ ਟਾਈਮ ਜਿਹੜਾ ਹੈਗਾ ਪੰਜਾਬ ਦੇ ਅੰਦਰ ਲਾਗੂ ਕੀਤਾ। ਇਸ ਤੋਂ ਬਿਨਾਂ ਇੱਕ ਬਹੁਤ ਵੱਡੀ ਗਰੰਟੀ ਸੀ ਪੰਜਾਬ ਦੇ ਲੋਕਾਂ ਨੂੰ ਕਿ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਜੇਕਰ ਕੋਈ ਬਿਮਾਰ ਹੋ ਜਾਂਦਾ ਉਹਦਾ ਇਲਾਜ ਕਰਨ ਦੀ ਸੀ, ਮੁਹੱਲਾ ਕਲੀਨਿਕ, ਬੇਸਿਕ ਜਿਹੜਾ ਇਨਫਰਾਸਟਰਕਚਰ ਆ, ਖਾਸ ਕਰਕੇ ਨਵੇਂ ਕਾਲਜ ਖੋਲ੍ਹਣੇ, ਮੈਡੀਕਲ ਕਾਲਜ ਖੋਲ੍ਹਣੇ, ਸਾਰੇ ਉੱਤੇ ਲੱਗਿਆ ਸਾਡੀ ਗਰੰਟੀ ਸੀਗੀ। ਉਹ 500 ਮੁਹੱਲਾ ਕਲੀਨਿਕ ਜਿਹੜੇ ਅਸੀਂ ਪਹਿਲੇ ਸਾਲ ਪੰਜਾਬ ਦੇ ਅੰਦਰ ਜਿਹੜੇ ਹੈਗੇ ਨੇ ਓਪਨ ਕਰ ਚੁੱਕੇ ਹਾਂ, ਖੋਲ੍ਹ ਚੁੱਕੇ ਹਾਂ, ਉਹਨਾਂ ਦੇ ਉੱਤੇ ਲਗਭਗ 10.5 ਲੱਖ ਤੋਂ ਉੱਪਰ ਪੰਜਾਬ ਦੇ ਆਮ ਆਦਮੀਆਂ ਦਾ, ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ
ਉਸ ਦੇ ਅੰਦਰ ਹੋਇਆ ਗਾ ਔਰ 25 ਲੱਖ ਤੋਂ ਉੱਪਰ ਜਿਹੜੇ ਨੇਗੇ ਉਹ ਲੋਕਾਂ ਦੇ ਮੁਫਤ ਟੈਸਟ ਉਸ ਮੁਹੱਲਾ ਕਲੀਨਿਕ ਦੇ ਅੰਦਰ ਸ਼ੁਰੂ ਹੋ ਚੁੱਕੇ ਨੇ ਹੋਏ ਨੇਗੇ। ਇਸੇ ਤਰ੍ਹਾਂ ਕਿਉਂਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਉੱਠੀ ਲਹਿਰ ਦੇ ਵਿੱਚੋਂ, ਜਦੋਂ ਦੇਸ਼ ਦੇ ਅੰਦਰ ਇੱਕ ਭ੍ਰਿਸ਼ਟਾਚਾਰ ਦੇ ਅਗੇਂਸਟ ਲਹਿਰ ਉੱਠੀ ਸੀ, ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ। ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਤੁਹਾਨੂੰ ਸਭ ਨੂੰ ਪਤਾ ਕਿ ਬਹੁਤ ਵੱਡਾ ਇੱਕ ਪ੍ਰੋਟੈਸਟ ਹੋ ਰਿਹਾ ਸੀ, ਉੱਥੋਂ ਆਮ ਆਦਮੀ ਪਾਰਟੀ ਦਾ ਉਥਾਨ ਹੋਇਆ, ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਬਣਾਈ ਔਰ ਉਹਦੇ ਉਸ ਲੀਹ ਦੇ ਉੱਤੇ ਚੱਲਦਿਆਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡੇ ਵੱਡੇ ਐਕਸ਼ਨ ਪੰਜਾਬ ਦੇ ਅੰਦਰ ਹੋਏ। ਵੱਡੇ ਵੱਡੇ ਭ੍ਰਿਸ਼ਟਾਚਾਰੀ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਕੀਤਾ, ਚਾਹੇ ਉਹ ਪੋਲੀਟੀਸ਼ੀਅਨ ਹੋਣ, ਚਾਹੇ ਉਹ ਰਾਜਨੇਤਾ ਹੋਣ, ਚਾਹੇ ਬਿਊਰੋਕਰੇਟ ਹੋਣ ਜਾਂ ਹੋਰ ਕਿਸੇ ਖੇਤਰ ਦੇ ਨਾਲ ਜੁੜੇ ਹੋਏ ਵਿਅਕਤੀ ਹੋਣ, ਅੱਜ ਉਹ ਸਲਾਖਾਂ ਦੇ ਪਿੱਛੇ ਬੈਠੇ ਨੇ। ਕਿਉਂ? ਕਿ ਜਿਨ੍ਹਾਂ ਨੇ ਪੰਜਾਬ ਦਾ ਮਾਲੀਆ ਉਜਾੜਿਆ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਖਾਧਾ, ਜਿਨ੍ਹਾਂ ਨੇ ਰਿਸ਼ਵਤਖੋਰੀ ਨੂੰ ਪੰਜਾਬ ਦੇ ਅੰਦਰ ਪੈਦਾ ਕੀਤਾ, ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਅੰਦਰ ਇੱਕ ਮਾਫੀਆ ਰਾਜ ਦੀ ਸਥਾਪਨਾ ਕੀਤੀ ਕਿ ਵੱਖ ਵੱਖ ਮਾਫੀਏ ਪੰਜਾਬ ਦੇ ਅੰਦਰ ਕੰਮ ਕਰ ਰਹੇ ਸੀਗੇ, ਉਹਨਾਂ ਮਾਫੀਆ ਰਾਜ ਦਾ ਖਾਤਮਾ ਪੰਜਾਬ ਦੇ ਅੰਦਰ ਹੋਇਆ, ਭ੍ਰਿਸ਼ਟਾਚਾਰ ਦਾ ਖਾਤਮਾ ਪੰਜਾਬ ਦੇ ਅੰਦਰ ਹੋਇਆ। ਔਰ ਮੈਂ ਸਮਝਦਾ ਜੋ ਸਾਰੇ ਭ੍ਰਿਸ਼ਟਾਚਾਰੀ ਬਹੁਤ ਸਾਰਿਆਂ ਦੇ ਖਿਲਾਫ਼ ਤਾਂ ਜਾਂਚ ਹਜੇ ਜਾਰੀ ਆ, ਬਹੁਤ ਸਾਰੀਆਂ ਇਨਵੈਸਟੀਗੇਸ਼ਨਾਂ ਹੋ ਵੀ ਰਹੀਆਂ ਨੇ, ਪਰ ਲੇਕਿਨ ਬਹੁਤ ਸਾਰੇ ਜਿਹੜੇ ਨੇਗੇ ਉਹ ਜੇਲ੍ਹਾਂ ਦੀ ਹਵਾ ਖਾ ਰਹੇ ਨੇਗੇ ਔਰ ਉਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਸਰਕਾਰ ਨੇ ਲਿਆ ਗਾ। ਇਸ ਤੋਂ ਬਿਨਾਂ ਇੱਕ ਵੱਡਾ ਵਾਅਦਾ ਸੀ ਪੰਜਾਬ ਦੇ ਨੌਜਵਾਨਾਂ ਦੇ ਨਾਲ, ਜਿਹੜੇ ਨੌਜਵਾਨ ਪੁਰਾਣੀਆਂ ਸਰਕਾਰਾਂ ਨੇ ਜਿਨ੍ਹਾਂ ਨੂੰ ਭਰਤੀ ਕਰਦੇ ਹੋਏ ਕੱਚੇ ਭਰਤੀ ਕੀਤਾ ਸੀ, ਕੰਟਰੈਕਟ ਬੇਸ 'ਤੇ ਭਰਤੀ ਕੀਤਾ ਸੀ, ਉਹਨਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕੀਤੀ। ਮੇਰੀ ਅਗਵਾਈ ਦੇ ਅਧੀਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਮੇਟੀ ਬਣਾਈ, ਅਸੀਂ ਆਪਣੀਆਂ ਰਿਪੋਰਟਾਂ ਜਿਹੜੀਆਂ ਨੇ ਉਹ CM ਸਾਹਿਬ ਨੂੰ ਸੌਂਪ ਚੁੱਕੇ ਹਾਂ ਔਰ ਜਿਹੜੇ ਜਿਹੜੇ ਉਸ ਕ੍ਰਾਈਟੀਰੀਆ ਤਹਿਤ ਆ ਰਹੇ ਨੇਗੇ, ਲਗਭਗ ਉਹਨਾਂ 'ਚ 14,000 ਨੂੰ ਪੱਕੇ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ। ਔਰ ਸਮੇਂ ਦੇ ਨਾਲ ਬਹੁਤ ਸਾਰੇ ਕਈਆਂ ਦਾ ਸਮਾਂ ਪੂਰਾ ਨਹੀਂ ਹੁੰਦਾ ਸੀ, ਪੀਰੀਅਡ ਪੂਰਾ ਨਹੀਂ ਹੁੰਦਾ ਸੀਗਾ, ਉਹ ਜਿਹੜੇ ਦਿਨ ਉਹਨੂੰ ਪ੍ਰਕਿਰਿਆ ਜਿਹੜੀ ਆ ਉਹ ਪੰਜਾਬ ਦੇ ਅੰਦਰ ਸ਼ੁਰੂਆਤ ਦੇ ਜਿਹੜੀ ਉਹਦੀ ਹੋ ਚੁੱਕੀ ਆ। ਮੈਂ ਸਮਝਦਾ ਬੜੀ ਜਲਦੀ ਉਹਨਾਂ ਨੂੰ ਵੀ ਪਰਮਾਨੈਂਟ ਨਿਯੁਕਤੀ ਪੱਤਰ ਜਿਹੜੇ ਦੇਗੇ ਉਹ ਮਿਲ ਜਾਣਗੇ। ਇਸ ਤੋਂ ਬਿਨਾਂ ਐਜੂਕੇਸ਼ਨ ਦੇ ਅੰਦਰ ਸਾਡਾ ਵਾਅਦਾ ਸੀਗਾ ਕਿ ਪੰਜਾਬ ਦੇ ਅੰਦਰ ਅੱਛੀ ਐਜੂਕੇਸ਼ਨ ਦਾ ਪ੍ਰਬੰਧ ਕਰਾਂਗੇ, ਸਕੂਲ ਆਫ ਐਮੀਨੈਂਸ ਖੋਲ੍ਹਾਂਗੇ, ਸਾਡੇ ਅਧਿਆਪਕ ਜਿਹੜੇ ਬੱਚਿਆਂ ਦਾ ਮਾਰਗਦਰਸ਼ਕ ਹੁੰਦੇ ਨੇਗੇ, ਜਿਹੜੇ ਬੱਚਿਆਂ ਦਾ ਭਵਿੱਖ ਬਣਾਉਂਦੇ ਨੇਗੇ, ਉਹਨਾਂ ਨੂੰ ਬਹੁਤ ਸਾਰਿਆਂ ਨੂੰ ਅਸੀਂ ਉਹਨਾਂ ਟ੍ਰੇਨਿੰਗ ਲੈਣ ਦੇ ਲਈ ਜਿਹੜੀ ਆ ਫੋਰਨ 'ਚ ਭੇਜਾਂਗੇ ਜਾਂ ਵੱਡੀਆਂ ਇੰਸਟੀਟਿਊਸ਼ਨ ਦੇ ਅੰਦਰ ਭੇਜਾਂਗੇ, ਜਿੱਥੋਂ ਜਾ ਕੇ ਉਹ ਇੱਕ ਅੱਛੀ ਟ੍ਰੇਨਿੰਗ ਲੈ ਕੇ ਆ ਕੇ ਸਾਡੇ ਵਿਦਿਆਰਥੀਆਂ ਨੂੰ, ਪੰਜਾਬ ਦੇ ਲੋਕਾਂ, ਪੰਜਾਬ ਦੇ ਬੱਚਿਆਂ ਨੂੰ ਜਿਹੜਾ ਹੈਗਾ ਚੰਗੀ ਤਾਮੀਲ ਜਿਹੜੀ ਆ ਚੰਗੀ ਵਿੱਦਿਆ ਦੇ ਸਕਣ। ਉਹਦੇ 'ਤੇ ਬਿਲਕੁਲ ਤੁਹਾਨੂੰ ਪਤਾ ਕਿ 2 ਬੈਚ ਬਾਹਰ ਜਾ ਚੁੱਕੇ ਨੇ, ਸਕੂਲ ਆਫ ਐਮੀਨੈਂਸ ਜਿਹੜੇ ਨੇਗੇ ਉਹ ਬਣਨੇ ਪੰਜਾਬ ਦੇ ਅੰਦਰ ਸ਼ੁਰੂ ਹੋ ਚੁੱਕੇ ਨੇ। ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਪੰਜਾਬ ਦੇ ਅੰਦਰ ਨਿਵੇਸ਼ ਦੀ ਗੱਲ ਕਰਾਂ ਕਿ ਪੰਜਾਬ ਦੇ ਅੰਦਰ ਨਿਵੇਸ਼ ਆਊਗਾ, ਵੱਡੀਆਂ ਕੰਪਨੀਆਂ ਪੰਜਾਬ ਦੇ ਅੰਦਰ ਆਉਣਾ ਸ਼ੁਰੂ ਕੀਤੀਆਂ, ਟਾਟਾ ਸਟੀਲ ਲੁਧਿਆਣੇ ਵਿੱਚ ਉਹਦੀ ਸ਼ੁਰੂਆਤ ਹੋ ਚੁੱਕੀ ਆ, ਔਰ ਇਸ ਤੋਂ ਬਿਨਾਂ ਲਗਭਗ 40,000 ਕਰੋੜ ਤੋਂ ਉੱਪਰ ਦਾ ਇਨਵੈਸਟ ਪੰਜਾਬ ਇਨਵੈਸਟ ਸਮਿਟ ਹੋਣ ਤੋਂ ਪਹਿਲਾਂ ਪੰਜਾਬ ਦੇ ਅੰਦਰ ਜਿਹੜਾ ਨਿਵੇਸ਼ ਹੋ ਚੁੱਕਿਆ, ਔਰ ਲਗਭਗ 1500 ਨਿਵੇਸ਼ਕਾਰਾਂ ਨੇ ਪੰਜਾਬ ਜਿਹੜਾ ਇਨਵੈਸਟ ਸਮਿਟ ਹੋਇਆ ਗਾ ਮੋਹਾਲੀ ਦੇ ਅੰਦਰ ਉੱਥੇ ਭਾਗ ਲੈ ਕੇ ਆਪਣੀ ਇੱਛਾ ਜ਼ਾਹਰ ਕੀਤੀ ਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਪੰਜਾਬ ਦੇ ਅੰਦਰ ਵੱਡੇ ਪਲਾਂਟ ਲਾਵਾਂਗੇ ਤਾਂ ਕਿ ਪੰਜਾਬ ਦੇ ਅੰਦਰ ਇੱਕ ਕਿਉਂਕਿ ਸਖਾਵਾਂ ਮਾਹੌਲ ਹੋਇਆ, ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਕਰਪਸ਼ਨ ਖਤਮ ਹੋਈ ਆ, ਈਜ਼ ਆਫ ਡੂਇੰਗ ਬਿਜ਼ਨਸ ਜਿਹੜਾ ਉਹ ਸਟਾਰਟ ਹੋਇਆ ਗਾ। ਇਸ ਤੋਂ ਪਹਿਲਾਂ ਸਿੰਗਲ ਵਿੰਡੋ ਜਿਹੜੀ ਸਟਾਰਟ ਹੋਈ, ਇਸ ਤੋਂ ਪਹਿਲਾਂ ਪੰਜਾਬ ਦੇ ਅੰਦਰ ਹਿੱਸੇਦਾਰੀ ਹੁੰਦੀ ਸੀਗੀ, ਜੇਕਰ ਕੋਈ ਪੰਜਾਬ ਦੇ ਅੰਦਰ ਆਪਣਾ ਕਾਰੋਬਾਰ ਸ਼ੁਰੂ ਕਰਦੇ ਉਹਦੇ ਵਿੱਚ ਪੋਲੀਟੀਸ਼ੀਅਨ ਬਿਊਰੋਕਰੇਟ ਆਪਣਾ ਹਿੱਸਾ ਪਾ ਲੈਂਦੇ ਸੀ ਔਰ ਪੰਜਾਬ ਨੂੰ ਲਗਭਗ ਜਿਹੜੇ ਪੰਜਾਬ ਦੇ ਇੰਡਸਟਰੀਅਲਿਸਟ ਸੀ ਉਹ ਪੰਜਾਬ ਛੱਡ ਕੇ ਜਾਂ ਹਿਮਾਚਲ ਚਲੇ ਗਏ ਸੀ ਜਾਂ ਕਿਸੇ ਹੋਰਨਾਂ ਸੂਬਿਆਂ ਚਲੇ ਗਏ ਸੀ। ਔਰ ਮੈਂ ਸਮਝਦਾ ਪਹਿਲੀ ਵਾਰ ਪੰਜਾਬ ਦੇ ਅੰਦਰ ਇੱਕ ਨਵੀਂ ਸਰਕਾਰ ਆਉਣ ਤੋਂ ਬਾਅਦ ਲੋਕਾਂ ਦਾ
ਇੰਡਸਟਰੀਅਲਿਸਟ ਦਾ ਨਿਵੇਸ਼ਕਾਰ ਦਾ ਪੰਜਾਬ ਦੇ ਅੰਦਰ ਜਿਹੜਾ ਹੈਗਾ ਉਹ ਪ੍ਰਵੇਸ਼ ਹੋਣਾ ਸ਼ੁਰੂ ਹੋਇਆ ਗਾ। ਇਹਦੇ ਨਾਲ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਿੱਥੇ ਰੁਜ਼ਗਾਰ ਮਿਲੂਗਾ ਔਰ ਉੱਥੇ ਪੰਜਾਬ ਦਾ ਮਾਲੀਆ ਜਿਹੜਾ ਉਹਦੇ ਵਿੱਚ ਵੀ ਚੌਖਾ ਵਾਧਾ ਹੋਊਗਾ। ਇਸੇ ਤਰ੍ਹਾਂ ਇਤਿਹਾਸਿਕ ਫੈਸਲੇ ਦੀ ਮੈਂ ਗੱਲ ਕਰਾਂ, ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਦੇ ਲਈ ਮਹੱਤਵਪੂਰਨ ਕਦਮ ਚੁੱਕੇ ਗਏ। ਅੱਜ ਮੈਂ ਕੱਲ੍ਹ ਜਾ ਰਿਹਾ ਸੀ ਰਾਸਤੇ ਵਿੱਚ, ਇੱਥੇ ਮੋਹਾਲੀ ਵਾਲੀ ਸਾਈਡ ਦੇ ਉੱਤੇ ਲਿਖਿਆ ਹੋਇਆ ਸੀ ਬਰਿਸਤਾ ਪੰਜਾਬੀ ਦੇ ਅੰਦਰ ਲਿਖਿਆ ਹੋਇਆ ਸੀਗਾ, ਕਿਉਂਕਿ ਮਾਂ ਬੋਲੀ ਪਰ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਲਈ ਸਰਕਾਰ ਜਿਹੜੀ ਆ ਉਹ ਯਤਨਸ਼ੀਲ ਆ। ਆਉਣ ਵਾਲੇ ਸਮੇਂ ਦੌਰਾਨ ਜਿੰਨਾ ਵੀ ਸਮਾਂ ਦਿੱਤਾ ਗਾ ਬਿਲਕੁਲ ਸਾਰਾ ਕਿਤੇ ਪੰਜਾਬੀ ਦਾ ਜਿਹੜਾ ਬੋਲਬਾਲਾ ਪੰਜਾਬ ਦੇ ਅੰਦਰ ਹੋਊਗਾ। ਇਸੇ ਤਰ੍ਹਾਂ SYL ਦੀ ਗੱਲ ਕਰੀਏ, ਪੰਜਾਬ ਦੇ ਅੰਦਰ ਕੁਛ ਲੋਕਾਂ ਨੇ ਜਦੋਂ SYL ਨਹਿਰ ਨਿਕਲੀ ਸੀਗੀ, ਸਭ ਨੂੰ ਪਤਾ ਗਾ ਕਿ ਇੱਕ ਪਾਰਟੀ ਦੇ ਨੇਤਾ ਜਿਹੜੇ ਸੀਗੇ ਉਹ ਚਾਂਦੀ ਦੀ ਕਹੀ ਲੈ ਕੇ ਟੱਕ ਲਾਉਣ ਚਲੇ ਗਏ ਸੀ ਔਰ ਦੂਜਿਆਂ ਨੇ ਸਸਤੇ ਭਾਅ ਦੀਆਂ ਜ਼ਮੀਨਾਂ ਲੈ ਕੇ ਵੱਡੇ ਵੱਡੇ ਮਹਿਲ ਵੱਡੇ ਵੱਡੇ ਹੋਟਲ ਜਿਹੜੇ ਨੇ ਕਿ ਉਹ ਗੁੜਗਾਓਂ ਦੇ ਵਿੱਚ ਪੰਜਾਬ ਦੇ ਅੰਦਰ ਥਾਂ ਥਾਂ ਦੇ ਉੱਤੇ ਉਸਾਰੇ ਸੀਗੇ। ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬੜਾ ਹੀ ਸ਼ਾਨਦਾਰ ਸਟੈਂਡ ਲੈਂਦਿਆਂ, ਬੜਾ ਹੀ ਸਖਤ ਸਟੈਂਡ ਲੈਂਦਿਆਂ ਪੰਜਾਬ ਦੇ ਲੋਕਾਂ ਦੇ ਹੱਕ 'ਚ ਖੜੇ ਹੋ, ਕਿਹਾ ਕਿ ਪੰਜਾਬ ਦਾ ਇੱਕ ਵੀ ਬੂੰਦ ਜਿਹੜੀ ਉਹ ਬਾਹਰ ਨਹੀਂ ਜਾਊਗੀ ਔਰ ਪੰਜਾਬ ਕੋਲ ਕਿਉਂਕਿ ਇੱਕ ਵੀ ਬੂੰਦ ਜਿਹੜੀ ਹੈ ਦੇਣ ਲਈ ਹੈ ਨਹੀਂ। ਸੋ ਬਿਲਕੁਲ ਪੰਜਾਬ ਦਾ ਪਾਣੀ ਜਿਹੜਾ ਹੈਗਾ ਉਹਦੇ ਰਾਖਿਆ ਵਜੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਆਪਣਾ ਸਟੈਂਡ ਜਿਹੜਾ ਉਹ ਪੰਜਾਬੀਆਂ ਦੇ ਨਾਲ ਖੜਕੇ ਲਿਆ। ਔਰ ਇਸ ਤੋਂ ਬਿਨਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਤੇ ਪੰਜਾਬੀ ਬੋਧ ਦੇ ਇਲਾਕਿਆਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਮਤਾ ਪਾਸ ਕਰਕੇ ਜਿਹੜਾ ਕੇਂਦਰ ਸਰਕਾਰ ਕੋਲ ਆਪਣਾ ਰੋਸ ਪ੍ਰਗਟ ਕੀਤਾ, ਇੱਕ ਸਟੈਂਡ ਜਿਹੜਾ ਉਹ ਪੰਜਾਬ ਨੇ ਖੜਨ ਦਾ ਬਿਲਕੁਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬੀਆਂ ਦੇ ਹੱਕ ਵਿੱਚ ਰੱਖਿਆ। ਇਸੇ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਗਾ ਕਿ ਪੰਜਾਬ ਵਿਧਾਨ ਸਭਾ ਦੇ ਅੰਦਰ ਪਹਿਲੀ ਵਾਰ ਹੋਇਆ, ਨਹੀਂ ਤਾਂ ਸਾਰੇ ਤੁਹਾਡੇ ਤੋਂ ਹੀ ਬਹੁਤ ਸਾਰੇ ਬਾਹਰ ਰਹਿ ਜਾਂਦੇ ਸੀਗੇ ਕਿ ਲਾਈਵ ਟੈਲੀਕਾਸਟ ਪੰਜਾਬ ਦੇ ਅੰਦਰ ਇਤਿਹਾਸਿਕ ਫੈਸਲਾ ਹੈ ਪੰਜਾਬੀਆਂ ਦੇ ਹੱਕ ਵਿੱਚ, ਲਾਈਵ ਟੈਲੀਕਾਸਟ ਹੋਣ ਲੱਗਿਆ ਗਾ। ਨਹੀਂ, ਪਹਿਲਾਂ ਲਾਈਵ ਟੈਲੀਕਾਸਟ ਨਹੀਂ ਹੁੰਦਾ ਸੀਗਾ, ਕੁਛ ਕੁ ਚੁਣਿੰਦਾ ਹਾਊਸ ਜਿਹੜੇ ਹੁੰਦੇ ਸੀ ਉਹ ਅਲਾਓ ਹੁੰਦੇ ਸੀਗੇ, ਪਰ ਲੇਕਿਨ ਹੁਣ ਲਾਈਵ ਟੈਲੀਕਾਸਟ ਹੋਣ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ MLA ਜਿਤਾ ਕੇ ਭੇਜਿਆ ਸੀ, ਆਹ ਅਸੀਂ ਸਰਕਾਰ ਬਣਾਈ ਸੀ, ਆਹ ਚਾਹੇ ਉਹ ਆਪੋਜੀਸ਼ਨ ਵਾਲੇ ਨੇ ਗੇ ਚਾਹੇ ਅਸੀਂ ਹੈਗੇ ਜਿਹੜੇ ਚਾਹੇ ਸਰਕਾਰ ਵਾਲੇ ਨੇ ਚਾਹੇ ਆਪੋਜੀਸ਼ਨ ਵਾਲੇ ਨੇ, ਕਿ ਉੱਥੇ ਜਾ ਕੇ ਕੀ ਬਿਜ਼ਨਸ ਕਰਦੇ ਨੇ, ਕੀ ਸਿਰਫ ਆਪਸ ਵੀ ਤਾਣੋ ਮਿਹਣੀ ਤਾਨੇ ਮਿਹਣੇ ਤਾਂ ਨਹੀਂ ਮਾਰਦੇ, ਕੀ ਉਹ ਪੰਜਾਬ ਦੀ ਗੱਲ ਕਰਦੇ ਨੇਗੇ। ਸੋ ਮੈਂ ਸਮਝਦਾ ਇਹ ਲਾਈਵ ਟੈਲੀਕਾਸਟ ਹੋਣ ਦੇ ਨਾਲ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਵੀ ਆਪਣਾ ਉਹ ਵੀ ਜਿੱਥੇ ਕੋਈ ਗਲਤ ਸੀਗਾ ਉਹ ਵੀ ਆਪਣੀ ਅੱਛੀ ਪਰਫੋਰਮੈਂਸ ਜਿਹੜੀ ਆ ਦੇਊਗਾ ਤਾਂ ਆਪਣੇ ਇਲਾਕੇ ਦੀ ਗੱਲ ਵੀ ਜਿਹੜੀ ਆ ਉਹ ਪੰਜਾਬ ਵਿਧਾਨ ਸਭਾ 'ਚ ਕਰੂਗਾ। ਇਸ ਤੋਂ ਬਿਨਾਂ ਹੋਰ ਇੱਕ ਮਹੱਤਵਪੂਰਨ ਕਦਮ, ਜਿਹੜੀ ਪੰਜਾਬ ਦੀ ਜ਼ਮੀਨ, ਪੰਜਾਬ ਦੇ ਲੋਕਾਂ ਦੀ ਜ਼ਮੀਨ, ਸਰਕਾਰ ਦੀ ਜ਼ਮੀਨ, ਜਿਹੜੀ ਰਸੂਖਦਾਰ ਵੱਡੇ ਵੱਡੇ ਲੋਕਾਂ ਨੇ ਪੋਲੀਟੀਸ਼ੀਅਨਾਂ ਦੇ ਸਹਾਰੇ, ਪੋਲੀਟੀਸ਼ੀਅਨਾਂ ਅਤੇ ਵੱਡੇ ਵੱਡੇ ਰਸੂਖਦਾਰਾਂ ਦੇ ਆਪਸੀ ਗੱਠਜੋੜ ਦੇ ਅਧੀਨ ਜਾਂ ਬਿਊਰੋਕਰੇਟਸ ਦੇ ਗੱਠਜੋੜ ਦੇ ਅਧੀਨ ਸਰਕਾਰ ਦੀ ਜ਼ਮੀਨ ਨੱਪੀ ਹੋਈ ਸੀ, ਦੱਬੀ ਹੋਈ ਸੀਗੀ, ਉਹ ਤੋਂ ਵੱਡੀ ਪੱਧਰ 'ਤੇ ਪੰਜਾਬ ਦੇ ਅੰਦਰ ਕਬਜ਼ੇ ਛਡਾਉਣ ਦੀ ਰਵਾਇਤ ਜਿਹੜੀ ਆ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅਧੀਨ ਪੰਜਾਬ ਦੇ ਅੰਦਰ ਸ਼ੁਰੂ ਕੀਤੀ। ਅੱਜ ਉਹ ਲਗਭਗ 90,000 ਏਕੜ ਤੋਂ ਉੱਪਰ ਜਿਹੜੀ ਜ਼ਮੀਨ ਆ ਉਹ ਪੰਜਾਬ ਦੇ ਅੰਦਰ ਛਡਾਈ ਜਾ ਚੁੱਕੀ ਹੈ। ਇਹ ਮੁਹਿੰਮ ਜਿਹੜੀ ਆ ਉਹ ਲਗਾਤਾਰ ਪੰਜਾਬ ਦੇ ਅੰਦਰ ਜਾਰੀ ਆ। ਇਸੇ ਤਰ੍ਹਾਂ ਪੰਜਾਬ ਦੇ ਕਿਸਾਨ ਦੀ ਫਸਲ ਨੂੰ, ਪੰਜਾਬ ਦੇ ਕਿਸਾਨ ਦੀ ਫਸਲ ਜਿਹੜੀ ਆ ਉਹਦੀ ਪੇਮੈਂਟ, ਜਦੋਂ ਕਿਸਾਨ ਪੰਜਾਬ ਦੇ ਅੰਦਰ ਆਪਣੀ ਫਸਲ ਲੈ ਕੇ ਆਉਂਦਾ ਸੀ, ਮੰਡੀਆਂ ਦੇ ਅੰਦਰ ਫਸਲ ਲੈ ਕੇ ਆਉਂਦਾ ਸੀਗਾ, ਔਰ 24 ਘੰਟਿਆਂ ਦੇ ਅੰਦਰ ਉਸ ਫਸਲ ਦੀ ਪੇਮੈਂਟ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦਾ ਜਿਹੜਾ ਵੀ ਕਿਸਾਨ ਸੀ ਉਹਦੇ ਖਾਤੇ ਵਿੱਚ ਪਹੁੰਚ ਚੁੱਕੀ। ਔਰ ਇਸ ਤੋਂ ਬਿਨਾਂ ਜਿਹੜੀ ਫਸਲ ਬਰਬਾਦ ਹੋ ਗਈ ਸੀਗੀ ਪੁਰਾਣੇ ਅਰਸੇ ਦੇ, ਚਾਹੇ ਉਹ ਮੈਂ ਸਮਝਦਾ ਬੱਲੂ ਵਾਲੇ ਇਲਾਕੇ ਦੇ ਸੀਗੇ ਜਾਂ ਬਠਿੰਡੇ ਨਰਮੇ ਦੇ ਇਲਾਕੇ ਦੇ ਸੀਗੇ, ਜਿੰਨੇ ਵੀ ਮੁਆਵਜ਼ੇ ਪੈਂਡਿੰਗ ਪਏ ਸੀ ਉਹ ਸਾਰੇ ਮੁਆਵਜ਼ੇ ਜਿਹੜੇ ਨੇਗੇ ਉਹਨਾਂ ਦਾ ਸਮੇਂ ਸਿਰ ਭੁਗਤਾਨ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ। ਇਸ ਤੋਂ ਬਿਨਾਂ
ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ, ਕਿਉਂਕਿ ਕਹਿਣ ਨੂੰ ਜਿੰਨੀਆਂ ਮਰਜ਼ੀ ਗੱਲਾਂ ਮਾਰੀ ਜਾਣ, ਪਹਿਲੀ ਵਾਰ ਹੋਇਆ ਗਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਦੀ ਮੁਹਿੰਮ ਆ ਉਹ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤੀ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਕੰਸੈਪਟ ਨੂੰ ਅੱਗੇ ਲੈ ਕੇ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਸੀਗਾ ਇਹ ਕਿ ਸਾਰੀਆਂ ਚੀਜ਼ਾਂ ਧਰਤੀ ਪਾਣੀ ਹਵਾ ਬਚਾ ਕੇ ਰੱਖਣਾ ਗਾ, ਪਰ ਲੇਕਿਨ ਪੁਰਾਣੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ, ਮਿਸਮੈਨੇਜਮੈਂਟ ਦੇ ਕਾਰਨ, ਜਿਹੜੇ ਆਪ ਹੁਦਰੇਪਣ ਦੇ ਕਾਰਨ, ਜਿਹੜੀ ਮੈਂ ਸਮਝਦਾ ਪੰਜਾਬ ਦੇ ਅੰਦਰ ਤਿੰਨੇ ਚੀਜ਼ਾਂ ਬਰਬਾਦ ਹੋ ਰਹੀਆਂ ਸੀਗੀਆਂ, ਉਹਨੂੰ ਸੰਭਾਲਣ ਦੇ ਲਈ ਪਹਿਲੀ ਵਾਰ ਇੱਕ ਹੰਬਲਾ ਮਾਰਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੋਸ਼ਿਸ਼ ਕੀਤੀ, ਕਿਉਂਕਿ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਦਾ ਕੰਸੈਪਟ ਸ਼ੁਰੂ ਕੀਤਾ, ਔਰ MSP ਮੂੰਗ ਦਾ ਤੀਜੀ ਫਸਲ ਨੂੰ ਪ੍ਰੋਤਸਾਹਨ ਕੀਤਾ, ਡਾਈਵਰਸੀਫਿਕੇਸ਼ਨ ਵੱਲ ਵੀ ਗਏ, ਔਰ ਮੂੰਗੀ ਦੀ ਫਸਲ ਦੀ ਬਿਜਾਈ ਜਿਹੜੀ ਆ ਉਹਦੇ 'ਤੇ ਪਹਿਲੀ ਵਾਰ ਪੰਜਾਬ ਸਰਕਾਰ ਨੇ ਖੁਦ ਜਿਹੜੀ ਆ ਉਹ MSP ਪ੍ਰਦਾਨ ਕੀਤੀ। ਸੋ ਮੈਂ ਸਮਝਦਾ ਇਹਦੇ ਨਾਲ ਇੱਕ ਵੱਡਾ ਚਾਹੇ ਸਾਡਾ ਯਤਨ ਸ਼ੁਰੂ ਹੋਏ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਯਤਨਾਂ ਨੂੰ ਵੱਡੇ ਬੂਰ ਪੈਣਗੇ, ਔਰ ਪੰਜਾਬ ਦੀ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਅਸੀਂ ਜਿਹੜਾ ਹੈਗਾ ਆਪਣੀ ਇਹ ਮੁਹਿੰਮ ਜਾਰੀ ਰੱਖਾਂ, ਕਿਉਂਕਿ ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਮਾਫ਼ ਨਹੀਂ ਕਰਨਾ, ਕਿਉਂਕਿ ਸਾਡੀਆਂ ਸਰਕਾਰਾਂ ਨੇ ਲੋਕ ਸਰਕਾਰਾਂ ਬਣਾਉਂਦੇ ਨੇ ਕਿਸ ਕੰਮ ਲਈ ਬਣਾਉਂਦੇ ਨੇ, ਕਿ ਅਸੀਂ ਪ੍ਰਬੰਧ ਠੀਕ ਕਰੀਏ, ਔਰ ਆਉਣ ਵਾਲੀ ਨਸਲਾਂ ਦੇ ਲਈ, ਆਉਣ ਵਾਲੀ ਪੀੜ੍ਹੀਆਂ ਦੇ ਲਈ ਅਸੀਂ ਕੁਛ ਬਚਾ ਕੇ ਰੱਖੀਏ, ਕਿਤੇ ਇਹ ਨਾ ਹੋਵੇ ਕਿ ਸਾਡੇ ਪੁੱਤ ਪੋਤੇ ਪ੍ਰਪੋਤੇ ਕਹਿਣ ਕਿ ਪੰਜਾਬ ਦੇ ਅੰਦਰ ਤਾਂ ਪਾਣੀ ਖਤਮ ਆ। ਸੋ ਇਹ ਜਿਹੜੀ ਮੁਹਿੰਮ ਆ ਮੈਂ ਸਮਝਦਾ ਉਹਦੇ ਲਈ ਸਰਕਾਰ ਨੇ ਇੱਕ ਉੱਤਮ ਪੁਖਤਾ ਜਿਹੜੇ ਯਤਨ ਨੇ ਕੀਤੇ। ਇਸ ਤੋਂ ਬਿਨਾਂ ਜੇ ਮੈਂ ਗੱਲ ਕਰਾਂ, ਪਹਿਲੀ ਵਾਰ ਹੋਇਆ ਕਿ ਨਹੀਂ ਤਾਂ ਪੰਜਾਬ ਦੇ ਅੰਦਰ ਟਰਾਂਸਪੋਰਟ ਦਾ ਮਾਫੀਆ ਕਿਸ ਕਦਰ ਭਾਰੂ ਸੀਗਾ ਕਿ ਦਿੱਲੀ ਏਅਰਪੋਰਟ ਤੱਕ ਸਿਰਫ ਪ੍ਰਾਈਵੇਟ ਬੱਸਾਂ ਜਾਂਦੀਆਂ ਸੀ, ਸਰਕਾਰ ਦੀ ਬੱਸਾਂ ਨਹੀਂ ਜਾਂਦੀਆਂ ਸੀਗਾ। ਪਹਿਲੀ ਵਾਰ ਹੋਇਆ ਕਿ ਸਰਕਾਰੀ ਯਤਨਾਂ ਸਦਕੇ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਿਹਤ ਯਤਨਾਂ ਸਦਕੇ PRTC ਦੀਆਂ ਬੱਸਾਂ ਜਿਹੜੀਆਂ ਵੋਲਵੋ ਬੱਸਾਂ ਨੇਗੀਆਂ, ਜਿਨ੍ਹਾਂ ਵਿੱਚ ਆਰਾਮਦਾਇਕ ਸਫ਼ਰ ਹੁੰਦਾ ਗਾ, ਉਹ ਸਿੱਧੀਆਂ ਜਿਹੜੀ ਨੇ ਹਵਾਈ ਅੱਡੇ ਤੱਕ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਤੋਂ ਜਿਹੜੀਆਂ ਉਹ ਜਾ ਰਹੀਆਂ ਨੇਗੀਆਂ। ਇਸ ਤੋਂ ਬਿਨਾਂ ਪਬਲਿਕ ਮਾਈਨਾਂ ਖੋਲ੍ਹੀਆਂ ਗਈਆਂ, 5.5 ਰੁਪਏ ਪ੍ਰਤੀ ਫੁੱਟ ਜਿਹੜਾ ਰੇਤਾ ਉਹਦੀ ਸਪਲਾਈ ਪਬਲਿਕ ਮਾਈਨਸ ਦੇ ਲਈ ਖੋਲ੍ਹੀ ਗਈ। ਟੋਲ ਪਲਾਜ਼ੇ ਜਿਨ੍ਹਾਂ ਦਾ ਸਮਾਂ ਬੀਤ ਚੁੱਕਿਆ ਸੀ, ਔਰ ਪੁਰਾਣੀ ਸਰਕਾਰ ਦੇ ਅੰਦਰ ਸਾਲ ਡੇਢ ਡੇਢ ਸਾਲ ਜਿਨ੍ਹਾਂ ਨੇ ਵੱਧ ਕਮਾਈ ਕੀਤੀ ਸੀ, ਉਹ ਟੋਲ ਪਲਾਜ਼ੇ ਜਿਹੜੇ ਉਹ ਬੰਦ ਕੀਤੇ ਗਏ। ਇਸੇ ਤਰ੍ਹਾਂ ਹੋਰ ਇੱਕ ਇਤਿਹਾਸਿਕ ਫੈਸਲਾ ਕੀਤਾ ਕਿ ਝਾਰਖੰਡ ਦੇ ਅੰਦਰ ਪਿਛਵਾੜਾ ਕੋਲ ਮਾਈਨ, ਪੰਜਾਬ ਸਰਕਾਰ ਦੀ ਪਿਛਵਾੜਾ ਕੋਲ ਮਾਈਨ ਜਿਹੜੀ ਸੀਗੀ ਉਹ ਝਾਰਖੰਡ ਦੇ ਅੰਦਰ ਪਈ ਸੀ, ਪਰ ਲੇਕਿਨ 7.5 ਸਾਲ ਤੋਂ ਬੰਦ ਪਈ ਸੀ। ਨਾ ਅਕਾਲੀ ਦਲ BJP ਦੀ ਸਰਕਾਰ ਨੇ ਖੋਲ੍ਹਣ ਦਾ ਯਤਨ ਕੀਤਾ, ਨਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਖੋਲ੍ਹਣ ਦਾ ਯਤਨ ਕੀਤਾ, ਪਰ ਲੇਕਿਨ ਸਰਕਾਰ ਨੇ ਆਉਂਦਿਆਂ ਸਾਰੀ ਪਿਛਵਾੜਾ ਕੋਲ ਮਾਈਨ ਖੋਲ੍ਹੀ। ਉਹ ਜਿਹੜਾ ਕੋਲਾ ਗਾ ਅੱਜ ਪੰਜਾਬ 'ਚ ਆ ਰਿਹਾ, ਲਗਭਗ 250 ਤੋਂ 300 ਕਰੋੜ ਰੁਪਈਆ ਜਿਹੜਾ ਉਹ ਪਾਵਰਕੌਮ ਨੂੰ ਪੈਸੇ ਜਿਹੜੇ ਹੈਗੇ ਨੇ ਉਹ ਬਚ ਲੈਣਗੇ। ਇਸੇ ਤਰ੍ਹਾਂ ਪੰਜਾਬ ਦੇ ਅੰਦਰ ਗੈਂਗਸਟਰ ਕਲਚਰ, ਪੰਜਾਬ ਦੇ ਅੰਦਰ ਗੈਂਗਸਟਰ ਕਲਚਰ ਨੂੰ ਖਤਮ ਕੀਤਾ, ਔਰ ਵੱਡੀ ਪੱਧਰ ਦੇ ਉੱਤੇ ਗੈਂਗਸਟਰ ਫੜ ਕੇ ਜੇਲ੍ਹਾਂ ਦੇ ਅੰਦਰ ਨੇ, ਔਰ ਜਿਨ੍ਹਾਂ ਨੇ ਕਿਤੇ ਪੰਜਾਬ ਨਾਲ ਪੰਜਾਬ ਦੀ ਪੁਲਿਸ ਨੂੰ ਘੇਰਨ ਦਾ ਯਤਨ ਕੀਤਾ, ਉਹਨਾਂ ਵਿੱਚੋਂ ਲਗਭਗ 5 ਦੇ ਖਿਲਾਫ ਇਨਕਾਊਂਟਰ ਹੋਏ ਨੇਗੇ, ਉਹਨਾਂ ਨੂੰ ਜਿਹੜਾ ਖਤਮ ਕੀਤਾ ਗਿਆ। ਮੇਰਾ ਕਹਿਣ ਦਾ ਭਾਵ ਹੈ ਇਹ ਨਹੀਂ ਹੋ ਸਕਦਾ, ਬਹੁਤ ਸਾਰੇ ਲੋਕ ਕਹਿੰਦੇ ਨੇ ਗੈਂਗਸਟਰ ਦੀ ਗੱਲ ਕਰਦੇ ਨੇਗੇ, ਕੋਈ ਵੀ ਵਿਅਕਤੀ ਜਿੰਨੇ ਵੀ ਗੈਂਗਸਟਰ ਫੜੇ ਗਏ ਨੇਗੇ, ਜਿੰਨੇ ਵੀ ਗੈਂਗਸਟਰ ਪੰਜਾਬ ਦੇ ਅੰਦਰ ਫੜੇ ਗਏ ਨੇ ਜਾਂ ਜਿਹੜੇ ਇਨਕਾਊਂਟਰ ਹੋਏ ਨੇਗੇ, ਉਹਨਾਂ ਦੇ ਖਿਲਾਫ਼ ਕੋਈ ਇੱਕਾ ਦੁੱਕਾ ਕੇਸ ਨਹੀਂ ਹੈਗੇ, ਉਹਨਾਂ ਦੇ ਖਿਲਾਫ਼ ਕੋਈ ਇੱਕਾ ਦੁੱਕਾ ਕੇਸ ਨਹੀਂ ਕਿ ਪਹਿਲੀ ਵਾਰ ਬਣਿਆ। ਕਿਸੇ ਦੇ ਖਿਲਾਫ਼ 70 ਕੇਸ, ਕਿਸੇ ਦੇ ਖਿਲਾਫ਼ 80 ਕੇਸ, ਕਿਸੇ ਦੇ ਖਿਲਾਫ਼ 100 ਕੇਸ, ਕਿਸੇ ਦੇ ਖਿਲਾਫ਼ 150 ਕੇਸ, ਕੋਈ ਕਿਤੇ ਬੰਦ, ਕੋਈ ਕਿਤੇ ਬੰਦ, ਜਿਹੜੇ ਪੰਜਾਬ ਪੁਲਿਸ ਨੂੰ ਵੀ ਲੁੜਿੰਦੇ ਸੀਗੇ, ਜਿਹੜੇ ਪੰਜਾਬ ਦੇ ਮੁਕੱਦਮਿਆਂ ਵਿੱਚ ਵੀ ਲੁੜਿੰਦੇ ਸੀਗੇ, ਉਹਨਾਂ ਨੂੰ ਵੀ ਪੰਜਾਬ ਦੇ ਅੰਦਰ ਲਿਆਉਣ ਦਾ ਯਤਨ ਨਹੀਂ ਕੀਤਾ ਗਿਆ, ਉਹਨਾਂ ਦੇ ਖਿਲਾਫ਼ ਟ੍ਰਾਇਲ ਕਰਨ ਦਾ ਯਤਨ ਨਹੀਂ ਕੀਤੇ ਗਏ। ਉਹ ਇੱਥੇ ਆ ਕੇ ਪੁਰਾਣੇ ਸਮੇਂ ਦੇ ਦੌਰਾਨ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ ਜਾਂ ਅਕਾਲੀ ਦਲ BJP ਦੀ ਸਰਕਾਰ ਹੁੰਦੀ ਸੀ, ਪੰਜਾਬ ਦੇ ਅੰਦਰ ਵਾਰਦਾਤਾਂ ਕਰਕੇ ਉਹ ਕਿਤੇ ਹੋਰ ਜਾ ਕੇ ਲੁਕ ਜਾਂਦੇ ਸੀ। ਪਹਿਲੀ ਵਾਰ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਗੈਂਗਸਟਰਾਂ ਨੂੰ ਕਾਨੂੰਨ ਦੇ ਮੁਤਾਬਕ ਪੰਜਾਬ ਦੇ ਅੰਦਰ ਲਿਆ ਕੇ ਸਜ਼ਾ ਦੇਣ ਦਾ ਕੰਮ ਕੀਤਾ ਗਾ, ਔਰ ਪੰਜਾਬ ਦੇ ਅੰਦਰ ਗੈਂਗਸਟਰਾਂ ਦਾ ਸਫਾਇਆ ਜਿਹੜੀ ਆ ਉਹ ਹੋ ਰਿਹਾ ਗਾ, ਬਿਲਕੁਲ ਪੰਜਾਬ ਨੂੰ ਇੱਕ ਸ਼ਾਂਤੀਪੂਰਵਕ ਸੂਬਾ ਜਿਹੜਾ ਹੈਗਾ ਬਣਿਆ ਹੋਇਆ ਗਾ। ਇਸੇ ਤਰ੍ਹਾਂ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਜਿਹੜੀ
ਅਸੀਂ ਐਲਾਨ ਕੀਤਾ ਸੀਗਾ ਕਿ ਜਦੋਂ ਆਵਾਂਗੇ ਇੱਕ ਵਿਧਾਇਕ ਅਤੇ ਇੱਕ ਪੈਨਸ਼ਨ ਜਿਹੜੀ ਆ ਉਹ ਯੋਜਨਾ ਲਾਗੂ ਕਰਾਂਗੇ। ਹੁਣ ਸਰ ਉਹ ਯੋਜਨਾ ਲਾਗੂ ਕੀਤੀ, ਸੋ ਇਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਅੰਦਰ ਕਾਫ਼ੀ ਜਿੱਥੇ ਪੈਸੇ ਦੀ ਬੱਚਤ ਹੋਈ ਔਰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕੀਤੀ ਗਈ। ਸੋ ਹੁਣ ਮੈਂ ਜਿਹੜੇ ਡਿਪਾਰਟਮੈਂਟ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੌਂਪੇ ਨੇਗੇ ਉਹਨਾਂ ਦੀ ਜੇ ਮੈਂ ਗੱਲ ਕਰਾਂ ਤਾਂ GST ਦੀ ਕੁਲੈਕਸ਼ਨ, ਪੰਜਾਬ ਦੇ ਅੰਦਰ GST ਦੀ ਕੁਲੈਕਸ਼ਨ 23% ਦਾ ਵਾਧਾ ਹੋਇਆ। ਪੰਜਾਬ ਦੇ ਅੰਦਰ GST ਦੀ ਕੁਲੈਕਸ਼ਨ ਦਾ 23% ਦਾ ਵਾਧਾ ਹੋਇਆ ਗਾ। ਸੋ ਇਹ ਬਹੁਤ ਵੱਡਾ ਵਾਧਾ ਪਹਿਲੀ ਵਾਰ ਰਜਿਸਟਰ ਕੀਤਾ ਗਿਆ ਕਿਉਂਕਿ ਅਸੀਂ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਪੰਜਾਬ ਦੇ ਅੰਦਰ ਕੀਤੀ ਸੀ। ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਪੰਜਾਬ ਦੇ ਅੰਦਰ ਹੋਈ। ਟੈਕਸ ਇੰਟੈਲੀਜੈਂਟ ਯੂਨਿਟ ਦੇ ਆਉਣ ਦੇ ਨਾਲ ਮੈਂ ਸਮਝਦਾ ਇੱਕ ਬਹੁਤ ਵੱਡਾ ਲਾਭ ਪ੍ਰਾਪਤ ਹੋਇਆ ਔਰ ਬਹੁਤ ਸਾਰੇ ਜਿਹੜੇ ਹੈਗੇ ਨੇ ਜਿਹੜੇ ਟੈਕਸ ਚੋਰੀ ਕਰਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਉੱਤੇ ਨਕੇਲ ਕਸੀ ਗਈ ਔਰ 23% ਦਾ ਵਾਧਾ ਜਿਹੜਾ ਹੈਗਾ ਉਹ ਪੰਜਾਬ ਦੇ ਟੈਕਸ ਰੈਵਨਿਊ ਦੇ ਵਿੱਚ ਹੋਇਆ। ਔਰ ਇਸ ਤੋਂ ਬਿਨਾਂ ਜੇ ਮੈਂ ਗੱਲ ਕਰਾਂ ਐਕਸਾਈਜ਼ ਪਾਲਿਸੀ ਦੀ ਮੈਂ ਗੱਲ ਕਰਾਂ, ਪਹਿਲੀ ਵਾਰ ਪੰਜਾਬ ਦੇ ਅੰਦਰ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਆ ਉਹ ਅਸੀਂ 2022-23 ਦੇ ਵਿੱਚ ਇੰਟਰੋਡਿਊਸ ਕੀਤੀ। ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ਆਉਣ ਦੇ ਨਾਲ ਲਗਭਗ 45% ਦਾ ਵਾਧਾ ਜਿਹੜਾ ਉਹ ਪੰਜਾਬ ਦੇ ਰੈਵਨਿਊ ਦੇ ਵਿੱਚ ਹੋਇਆ। 6,000 ਤੋਂ 6,100 ਤੋਂ ਲੈ ਕੇ ਉਹ 9,000 ਦੇ ਕਰੀਬ, ਕਿਉਂਕਿ ਲਾਸਟ ਅਜੇ ਕਿਸ਼ਤ ਆਉਣੀ ਹੈਗੀ, 9,000 ਦੇ ਕਰੀਬ ਜਿਹੜਾ ਹੈਗਾ ਰੈਵਨਿਊ ਪੰਜਾਬ ਦਾ ਪਹੁੰਚਿਆ। ਅਤੇ ਨਵੀਂ ਐਕਸਾਈਜ਼ ਪਾਲਿਸੀ ਆਉਣ ਦੇ ਨਾਲ ਇੱਕ ਵੱਡਾ ਵਾਧਾ ਜਿਹੜਾ ਪੰਜਾਬ ਦੇ ਅੰਦਰ ਹੋਇਆ। ਇਹ ਤਾਂ ਹੋਇਆ ਕਿਉਂਕਿ ਪੰਜਾਬ ਦੇ ਅੰਦਰ ਅਸੀਂ ਜਿਹੜਾ ਮਾਫੀਆ ਸੀਗਾ, ਜਿਹੜਾ ਸ਼ਰਾਬ ਦਾ ਮਾਫੀਆ ਸੀਗਾ, ਉਹਨੂੰ ਪੰਜਾਬ ਦੇ ਅੰਦਰੋਂ ਖਤਮ ਕੀਤਾ। ਲਗਭਗ ਪੰਜਾਬ ਦੇ ਅੰਦਰ 6,317 ਜਿਹੜੀਆਂ ਸੀ ਉਹ FIR ਰਜਿਸਟਰ ਕੀਤੀਆਂ ਗਈਆਂ। ਜਿਹੜੇ ਬੰਦੇ ਨਜਾਇਜ਼ ਸ਼ਰਾਬ ਵੇਚਦੇ ਸੀ ਉਹਨਾਂ ਦੇ ਖਿਲਾਫ਼ ਕਰਕੇ ਉਹਨਾਂ ਦੇ ਖਿਲਾਫ਼ ਮੁਕੱਦਮੇ ਰਜਿਸਟਰ ਕੀਤੇ ਗਏ ਔਰ ਲਗਭਗ 6,000 ਤੋਂ ਉੱਪਰ ਜਿਹੜੇ ਨੌਜਵਾਨ ਸੀ, ਜਿਹੜੇ ਲੋਕ ਸੀਗੇ, ਜਿਹੜੇ ਗਲਤ ਕੰਮ ਕਰਦੇ ਸੀ, ਜਿਹੜੇ ਪੰਜਾਬ ਦੇ ਅੰਦਰ ਸ਼ਰਾਬ ਦਾ ਮਾਫੀਆ ਚਲਾਉਣ ਲੋਕ ਨਾਲ ਮਿਲ ਕੇ ਪੰਜਾਬ ਦਾ ਐਕਸਾਈਜ਼ ਨੂੰ ਢਾਹ ਲਾ ਰਹੇ ਸੀਗੇ, ਉਹ 6,114 ਵਿਅਕਤੀਆਂ ਨੂੰ ਜਿਹੜਾ ਹੈਗਾ ਉਹ ਅਰੈਸਟ ਕੀਤਾ ਗਿਆ ਔਰ ਹੁਣ ਜੇਲ੍ਹ ਦੇ ਵਿੱਚ ਭੇਜਿਆ ਗਿਆ। ਇਸੇ ਤਰ੍ਹਾਂ ਜਿਹੜੀ ਗੈਰ ਕਾਨੂੰਨੀ ਲਹਨ ਸੀਗੀ 1,48,693 ਲੀਟਰ ਜਿਹੜੀ ਆ ਉਹ ਫੜੀ ਗਈ ਔਰ ਦੂਸਰੀ ਲਹਨ ਜਿਹੜੀ ਇਹ ਗੈਰ ਕਾਨੂੰਨੀ ਸ਼ਰਾਬ ਸੀ, ਸੋਰੀ ਲਹਨ ਜਿਹੜੀ ਫੜੀ ਗਈ ਉਹਦੇ ਵਿੱਚੋਂ 1,74,468 ਲੀਟਰ ਜਿਹੜੀ ਆ ਉਹ ਲਹਨ ਫੜੀ ਗਈ ਜਿਹਨੂੰ ਡਿਸਟਰੋਏ ਕੀਤਾ ਗਿਆ। 308 ਭੱਠੀਆਂ ਜਿਹੜੀਆਂ ਵਰਕਿੰਗ ਸਟਿੱਲ ਜਿਹਨੂੰ ਆਪਾਂ ਕਹਿ ਦਿੰਦੇ ਹਾਂਗੇ ਉਹ ਫੜ ਕੇ ਉਹਨਾਂ ਨੂੰ ਜਿਹੜਾ ਤਬਾਹ ਕੀਤਾ ਗਿਆ, ਉਹਨਾਂ ਦੇ ਖਿਲਾਫ਼ ਕੇਸ ਦਰਜ ਕੀਤੇ ਗਏ। ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਸੀਂ ਡਰੋਨ ਟੈਕਨੋਲੋਜੀ ਲੈ ਕੇ, ਤੁਸੀਂ ਦੇਖੀਆਂ ਹੋਣਗੀਆਂ ਵੀਡੀਓ, ਡਰੋਨ ਟੈਕਨੋਲੋਜੀ ਲੈ ਕੇ ਸਾਡੇ ਬੰਦੇ ਜਿਹੜੇ ਸਤਲੁਜ ਦਰਿਆ ਦੇ ਬੈੱਡ ਦੇ ਉੱਤੇ, ਰਾਵੀ ਦਰਿਆ ਦੇ ਬੈੱਡ ਦੇ ਉੱਤੇ, ਬਿਆਸ ਦਰਿਆ ਦੇ ਬੈੱਡ ਦੇ ਉੱਤੇ ਜਾਂ ਹੋਰ ਕਿਤੇ ਜਾ ਕੇ ਗੈਰ ਕਾਨੂੰਨੀ ਸ਼ਰਾਬ ਕੱਢਦੇ ਹੁੰਦੇ ਸੀਗੇ ਉਹਨਾਂ ਨੂੰ ਅਸੀਂ ਡਰੋਨ ਟੈਕਨੋਲੋਜੀ ਲਾ ਕੇ ਫੜ ਕੇ ਜਿਹੜਾ ਹੈਗਾ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ। ਔਰ ਇਸ ਤੋਂ ਬਿਨਾਂ ਟਰੈਕ ਐਂਡ ਟਰੇਸ ਸਿਸਟਮ ਐਕਸਾਈਜ਼ ਦੇ ਅੰਦਰ ਟਰੈਕ ਐਂਡ ਟਰੇਸ ਸਿਸਟਮ ਸ਼ੁਰੂ ਕੀਤਾ ਕਿ ਸ਼ਰਾਬ ਦੀ ਬੋਟਲ ਕਿੱਥੋਂ ਬਣੀ, ਮੈਨੂਫੈਕਚਰਿੰਗ ਕਿੱਥੋਂ ਹੋਈ, ਰਿਟੇਲਰ ਕੋਲ ਕਿੱਥੋਂ ਆਈ, ਜਿਹੜੀ ਉਹ ਪੂਰੀ ਦੀ ਪੂਰੀ ਚੇਨ ਜਿਹੜੀ ਆ ਉਹ ਅਸਟੈਬਲਿਸ਼ ਕੀਤੀ ਤਾਂ ਕਿ ਜਿਹੜੀ ਗੈਰ ਕਾਨੂੰਨੀ ਸ਼ਰਾਬ ਆ ਉਹ ਧੰਦਾ ਬੰਦ ਹੋਵੇ। ਨਹੀਂ ਤਾਂ ਤੁਹਾਨੂੰ ਸਭ ਨੂੰ ਪਤਾ ਗਿਆ ਕਿ 2020 ਦੇ ਅੰਦਰ ਪੰਜਾਬ ਦੇ ਅੰਦਰ ਹੂਸ ਟ੍ਰੈਸਡੀ ਦੇ ਰਾਹੀਂ ਤਰਨ ਤਾਰਨ, ਅੰਮ੍ਰਿਤਸਰ, ਜੜਿਆਲਾ ਗੁਰੂ ਦੇ ਵਿੱਚ ਲਗਭਗ 125 ਜਿਹੜੇ ਪੰਜਾਬ ਦੇ ਲੋਕ ਸੀਗੇ
ਉਹ ਜਾਅਲੀ ਫਰਜ਼ੀ ਗੰਦੀ ਸ਼ਰਾਬ ਪੀਣ ਦੇ ਨਾਲ ਮਾਰੇ ਗਏ ਸੀਗੇ। ਸੋ ਉਹ ਰੋਕਣ ਦੇ ਵਿੱਚ ਵੱਡੀ ਸਫਲਤਾ ਜਿਹੜੀ ਆ ਉਹ ਅਸੀਂ ਸਾਡੀ ਸਰਕਾਰ ਨੇ ਸ਼ੁਰੂ ਕੀਤੀ। ਇਸ ਤੋਂ ਬਿਨਾਂ ਬਹੁਤ ਸਾਰਾ ਇੱਕ ਨਵਾਂ ਕਿਊ ਆਰ ਕੋਡ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ, ਕਿਉਂਕਿ ਜੇਕਰ ਕੋਈ ਵਿਅਕਤੀ ਕੰਜ਼ਿਊਮਰ ਜਿਹੜਾ ਹੈਗਾ ਉਹ ਸ਼ਰਾਬ ਦੀ ਖਰੀਦ ਕਰਦਾ ਹੈਗਾ ਤਾਂ ਉਹ ਆਪਣਾ ਉਸ ਕਿਊ ਆਰ ਕੋਡ ਦੇ ਰਾਹੀਂ ਚੈੱਕ ਕਰ ਸਕਦਾ ਕਿ ਹਾਂ ਇਹ ਬੋਟਲ ਇੱਥੋਂ ਮੈਂ ਖਰੀਦੀ ਹੈ, ਕਿਹੜੀ ਕੰਪਨੀ ਦੀ ਬਣੀ ਆ, ਔਰ ਦੇ ਵਿੱਚ ਕਿੰਨੀ ਜਿਹੜੀ ਆ ਉਹ ਅਲਕੋਹਲ ਦੀ ਮਾਤਰਾ ਗਈ, ਤਾਂ ਕਿ ਉਹ ਆਪਣੀ ਜਿਹੜੀ ਆ ਆਪਣੇ ਉਸ ਹਿਸਾਬ ਦੇ ਨਾਲ ਆਪਣੀ ਕੰਜਮਪਸ਼ਨ ਜਿਹੜੀ ਆ ਕਰ ਸਕਦਾ ਹੈਗਾ। ਸੋ ਮੇਰਾ ਕਹਿਣ ਦਾ ਭਾਵ ਆ ਨਵੀਂ ਪੋਲਿਸੀ ਆਉਣ ਦੇ ਨਾਲ ਇੱਕ ਵੱਡਾ ਵਾਧਾ ਹੋਇਆ। ਇਸ ਤੋਂ ਬਿਨਾਂ ਅਸੀਂ ਆਪਣੀ ਸਰਕਾਰ ਦੇ ਦੌਰਾਨ ਜਿੰਨੀਆਂ ਪਾਵਰਕੌਮ ਦੀਆਂ ਸਬਸਿਡੀ ਸੀ, ਉਹ ਸਮੇਂ ਸਿਰ ਪੇ ਕੀਤੀਆਂ ਔਰ ਜਿਹੜੀਆਂ ਪੁਰਾਣੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਅਤੇ ਕਾਂਗਰਸ ਸਮੇਂ ਦੀਆਂ ਪੈਂਡਿੰਗ ਨੇ ਲਗਭਗ 9,000 ਦੇ ਕਰੀਬ ਉਹਨਾਂ ਦੇ ਸਮੇਂ ਦੀਆਂ ਪੈਂਡਿੰਗ ਨੇਗੀਆਂ, ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਰੈਸ਼ਨਲ ਤਰੀਕੇ ਦੇ ਨਾਲ ਅਸੀਂ ਦੇ ਰਹਾਂਗੇ, ਤਾਂ ਕਿ ਆਉਣ ਵਾਲੇ ਸਮੇਂ 5 ਸਾਲ ਅਸੀਂ ਪਲਾਨ ਤਿਆਰ ਕੀਤਾ ਕਿ 5 ਸਾਲਾਂ ਦੌਰਾਨ ਜਿਹੜੇ ਪਏ ਹੋਏ ਪੁਰਾਣੇ ਸਮੇਂ ਦੇ ਪੰਜਾਂ ਨੇਗੀਆਂ ਉਹ ਵੀ ਅਸੀਂ ਜਿਹੜੀਆਂ ਪਾਵਰਕੌਮ ਨੂੰ ਪੇ ਕਰਾਂਗੇ, ਬਿਲਕੁਲ ਕੋਈ ਵੀ ਸਬਸਿਡੀ ਜਿਹੜੀ ਆ ਉਹ ਪੰਜਾਬ ਸਰਕਾਰ ਵੱਲ ਬਕਾਇਆ ਨਹੀਂ ਰਹਿਣ ਦੇਵਾਂਗੇ। ਇਸ ਤੋਂ ਬਿਨਾਂ ਪੰਜਾਬ ਸਟੇਟ ਐਗਰੀਕਲਚਰ ਡਿਵੈਲਪਮੈਂਟ ਬੈਂਕ ਨੂੰ ਬੇਲ ਆਊਟ ਕੀਤਾ, 885 ਕਰੋੜ ਰੁਪਏ ਦੇ ਕੇ ਉਸ ਬੈਂਕ ਨੂੰ ਅਸੀਂ ਜਿਹੜਾ ਹੈਗਾ ਬੰਦ ਹੋਣ ਤੋਂ ਬਚਾਇਆ। ਪਨਸਪ ਪੰਜਾਬ ਦਾ ਇੱਕ ਅਦਾਰਾ ਹੈਗਾ, ਪਨਸਪ ਬਹੁਤ ਵੱਡਾ, 300 ਕਰੋੜ ਦੀ ਸਬਸਿਡੀ ਦੇ ਕੇ ਪੈਸੇ ਦੇ ਕੇ ਉਹਨੂੰ ਵੀ ਅਸੀਂ ਬੇਲ ਆਊਟ ਕੀਤਾ। ਇਸ ਤੋਂ ਬਿਨਾਂ ਸ਼ੂਗਰ ਫੈਡ ਨੂੰ ਬੇਲ ਆਊਟ ਕੀਤਾ। ਸੋ ਮੇਰਾ ਕਹਿਣ ਦਾ ਭਾਵ ਲਗਭਗ ਮਿਲਕ ਫੈਡ ਨੂੰ ਬੇਲ ਆਊਟ ਕੀਤਾ ਔਰ 2,000 ਕਰੋੜ ਰੁਪਏ ਦੀ ਵਾਧੂ ਪੇਮੈਂਟ ਜਿਹੜੀਆਂ ਕਿ ਪੁਰਾਣੇ ਸਮੇਂ ਦੌਰਾਨ ਖੜੀ ਸੀ ਉਹ ਅਸੀਂ ਪੇ ਕਰਕੇ ਇਹਨਾਂ ਇੰਸਟੀਟਿਊਸ਼ਨ ਨੂੰ ਜਿਹੜੀਆਂ ਕਿ ਪੰਜਾਬ ਦੀਆਂ ਅਹਿਮ ਇੰਸਟੀਟਿਊਸ਼ਨ ਹੈਗੀਆਂ ਉਹਨਾਂ ਨੂੰ ਬਚਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ 6% ਜਿਹੜੀ ਆ ਉਹ DA ਦੀ ਕਿਸ਼ਤ ਦਿੱਤੀ ਔਰ ਦੂਸਰਾ ਸੈਕਿੰਡ ਜਿਹੜਾ ਨੈਸ਼ਨਲ ਜੁਡੀਸ਼ੀਅਲ ਪੇ ਕਮਿਸ਼ਨ, ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਜੁਡੀਸ਼ਰੀ ਦੇ ਵਿੱਚ ਸਾਡੇ ਜੱਜ ਸਾਹਿਬਾਨ ਕੰਮ ਕਰਦੇ ਨੇ ਉਹਨਾਂ ਦਾ 2016 ਤੋਂ ਪੈਂਡਿੰਗ ਪਿਆ ਸੀਗਾ ਉਹ ਵੀ ਅਸੀਂ ਲਾਗੂ ਕੀਤਾ। UGC ਦੀ ਗ੍ਰਾਂਟਸ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ। ਸੋ ਜੇ ਇਸ ਤੋਂ ਬਿਨਾਂ ਜਿਹੜੀਆਂ ਨੈਸ਼ਨਲ ਸਪੋਂਸਰ ਸਕੀਮਾਂ ਸੀ ਜਿਹੜੇ ਉਹਨਾਂ ਦੇ ਪੈਸੇ ਪੈਂਡਿੰਗ ਪਏ ਸੀ ਉਹ ਵੀ ਅਸੀਂ ਜਿਹੜੇ ਦੇਗੇ ਪੁਰਾਣੇ ਪੈਂਡਿੰਗ ਪਏ ਸੀਗੇ ਉਹ ਵੀ ਅਸੀਂ ਜਿਹੜੇ ਹੈਗੇ ਨੇ ਸਮੇਂ ਸਿਰ ਲਗਭਗ 1750 ਕਰੋੜ ਰੁਪਏ ਉਹ ਵੀ ਸੈਂਟਰ ਸਪੋਂਸਰ ਸਕੀਮਾਂ ਦੇ ਉਹ ਜਾਰੀ ਕੀਤੇ। ਸੋ ਜੇ ਮੈਂ ਗੱਲ ਕਰਾਂ GST ਦੇ ਵਿੱਚ ਗਰੋਥ ਹੋਈ 23%, ਐਕਸਾਈਜ਼ ਦੇ ਵਿੱਚ ਜਿਹੜੀ ਆ 45%, ਸਟੈਂਪ ਡਿਊਟੀ ਦੇ ਵਿੱਚ 44.49, ਵੈਟ ਦੇ ਵਿੱਚ 6% ਔਰ ਨੋਨ ਟੈਕਸ ਰੈਵਨਿਊ ਦੇ ਵਿੱਚ 26.53%। ਸੋ ਇਹ ਵੱਡੀ ਜਿਹੜੀ ਗਰੋਥ ਆ ਉਹ ਪੰਜਾਬ ਦੇ ਅੰਦਰ ਹੋਈ ਆ। ਸੋ ਮੇਰਾ ਕਹਿਣ ਦਾ ਭਾਵ ਜਦੋਂ ਅਸੀਂ ਨਵੇਂ ਜਿਹੜੇ ਸਾਡੇ ਪੰਜਾਬ ਦੇ ਪੋਲਸੀਆਂ ਬੜੀਆਂ ਨੇਗੀਆਂ, ਚਾਹੇ ਪੰਜਾਬ ਦੀ ਐਕਸਾਈਜ਼ ਪੋਲਸੀ ਦੀ ਮੈਂ ਗੱਲ ਕਰਾਂ, ਚਾਹੇ ਪੰਜਾਬ ਦੀ ਟੂਰਿਜ਼ਮ ਪੋਲਸੀ ਆ, ਚਾਹੇ ਪੰਜਾਬ ਦੀ ਇੰਡਸਟਰੀਅਲ ਪੋਲਸੀ ਆ, ਚਾਹੇ ਪੰਜਾਬ ਦੀ ਵਾਟਰ ਟੂਰਿਜ਼ਮ ਪੋਲਸੀ ਆ, ਚਾਹੇ ਪੰਜਾਬ ਦੀ ਐਡਵੈਂਚਰ ਪੋਲਸੀ ਆ, ਚਾਹੇ ਪੰਜਾਬ ਦੀ ਲੋਜਿਸਟਿਕ ਐਂਡ ਲੋਜਿਸਟਿਕ ਦੀ ਪੋਲਸੀ ਆ, ਇਹ ਸਾਰੀਆਂ ਨਵੀਆਂ ਪੋਲਸੀਆਂ ਆਉਣ ਤੋਂ ਬਾਅਦ ਬਿਲਕੁਲ ਪੰਜਾਬ ਜਿਹੜਾ ਉਹ ਤਰੱਕੀ ਦੇ ਰਾਹ ਦੇ ਉੱਤੇ ਪਿਆ ਗਾ। ਸੋ ਮੈਂ ਸਾਰੇ ਪੰਜਾਬੀਆਂ ਨੂੰ, ਪੰਜਾਬ ਦੇ ਲੋਕਾਂ ਨੂੰ 1 ਸਾਲ ਪੂਰਾ ਹੋਣ 'ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਮੁੱਚੀ ਸਰਕਾਰ ਵੱਲੋਂ ਮੁਬਾਰਕਬਾਦ ਦੀ ਵੀ ਦਿੰਦਾਗਾ। ਔਰ ਬਿਲਕੁਲ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਲਗਾਤਾਰ ਸਾਡੀ ਸਮੁੱਚੀ ਕੈਬਨਿਟ ਨੇ, ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅਧੀਨ
ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਦੇ ਹੇਠ ਇੱਕ ਗੁੱਡ ਗਵਰਨੈਂਸ ਦਾ ਮਾਡਲ ਐਜੂਕੇਸ਼ਨ ਦੇ ਅੰਦਰ, ਸਿਹਤ ਖੇਤਰ ਦੇ ਅੰਦਰ ਔਰ ਵੱਖ ਵੱਖ ਖੇਤਰਾਂ ਦੇ ਅੰਦਰ ਅਸਟੈਬਲਿਸ਼ ਕੀਤਾ ਗਾ, ਉਹਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਔਰ ਪੰਜਾਬ ਨੂੰ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਅੰਦਰ ਰੰਗਲਾ ਪੰਜਾਬ ਬਣਾਵਾਂਗੇ। ਧੰਨਵਾਦ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।